हाँ जी मेरे 3500 रुपये लगे, 35 दिन में नहीं लाया मैनू इन्हें, फिर भी इतने रखे माता जी तुम वेट करो, कोई ना थोड़े जरूर लवेंगे, साढ़े च पहुँच नहीं सी जी। सो गुरु महाराज इदा ही खुश ने, उन्होंने 5 की बजाय 6 लवाते ने। तकरीबन 200-500 तो तकरीबन फीस होंगी है, पर इस हॉस्पिटल की 20 रुपये फीस है जी। बिल्कुल 20 रुपये की फीस रखना भी अपने आप से बहुत वड्डा चैलेंज है, रख के भी कामयाब होना, क्योंकि गुरु साहब की ओट आसरा लैके चलने वाला सिंह आ। सत श्री अकाल जी, मैं अजमेर सिंह दीपा, अज असीं पहुंचे हाँ गुरु नानक हैल्थ सेंटर पैल दे विच, जिथे कि 5 लोड़मंद बजुर्गों के जबाड़े फ्री लाए गए हैं। और वह कि बजुर्ग ने कि जगह तो आए हैं, असीं उन्हां नूं पुछदे हाँ, तो आप उसनूं मिलाउण जा रहे हैं। ये 5 बजुर्ग जोड़े खड़े ने जिन्हां ने कि 5 जबाड़े लाए जा रहे हैं, इस हॉस्पिटल वालों फ्री ला रहे हैं। तो तुसीं कि जगह तो आए मतलब माता जी? लूणा में इन्हां तो आए हैं जी असीं। ठीक है जी, तुसीं कि जगह तो आए जी? असला बनाए। ਮੈਂ ਚੜ੍ਹਦੀ ਕਲਾ ਕਰੀ। ਮਾਤਾ ਜੀ ਤੁਸੀਂ ਵੀ ਪਹਿਲਾਂ ਕਿਤੇ ਗਏ ਹੋਣਗੇ ਡਾਕਟਰ ਕੋਲ? ਨਹੀਂ ਜੀ, ਮੈਨੂੰ ਬਹੁਤ ਸਾਲ ਹੋ ਗਏ ਜਵਾੜਾ ਲਵਾਇਆ ਜੀ, ਹੁਣ ਮੈਂ ਕਿਤੇ ਨਹੀਂ ਗਈ। ਮੈਂ ਪਤਾ ਬਹੁਤ ਕਰਿਆ ਐਤਕੀ ਵੀ ਜੇ ਕਿਤੇ ਕੈਂਪ ਲੱਗੇ ਤਾਂ ਮੇਰੇ ਦੰਦ ਲੱਗ ਜਾਣ, ਵੀ ਫਿਰ ਮੈਨੂੰ ਅੱਜ ਲਾਓਸੈਂਟ ਸੁਣੀ ਕੱਲ੍ਹ, ਅਤੇ ਫਿਰ ਅੱਜ ਅਸੀਂ ਸਵੇਰੇ ਹੀ 9 ਵਜੇ ਆ ਗਏ ਜੀ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਬੇਟੇ ਦਾ, ਮੈਨੂੰ ਇਹਨੇ ਫਿਰ ਵੀ ਇੱਥੇ ਰੱਖਿਆ। ਮਾਤਾ ਜੀ ਤੁਸੀਂ ਵੇਟ ਕਰੋ, ਕੋਈ ਨਾ ਤੁਹਾਡੇ ਜ਼ਰੂਰ ਲਵਾਂਗੇ, ਸਾਡੇ 'ਚ ਪਹੁੰਚ ਨਹੀਂ ਸੀਗੀ ਜੀ, ਤਾਂ ਕਰਕੇ ਹੁਣ 5 ਦੀ 6 ਕਰਤਾ ਇਹਨਾਂ ਨੇ। ਮਾਲਕ ਇਹਨਾਂ ਦੀ ਚੜ੍ਹਦੀ ਕਲਾ ਰੱਖੇ ਜੀ, ਵਾਹਿਗੁਰੂ ਹਮੇਸ਼ਾ ਇਹਨਾਂ ਨਾਲ ਸਾਥ ਦੇਵੇ, ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜੀ। ਦੇਖੋ ਜੀ, ਦੇਖੋ ਜੀ, ਇਹ ਮਾਤਾ ਜੀ ਨੇ ਵੀ ਬਹੁਤ ਸਾਰੀਆਂ ਦਿਲੋਂ ਦੁਆਵਾਂ ਕੀਤੀਆਂ ਨੇ ਇਸ ਹੋਸਪਿਟਲ ਲਈ, ਹੈ ਨਾ। ਅਤੇ ਸਾਡੇ ਕੋਲ ਖੜ੍ਹੇ ਨੇ ਇਸ ਹੋਸਪਿਟਲ ਦੇ ਕਰਤਾ ਧਰਤਾ MD ਜਗਜੀਤ ਸਿੰਘ ਜੱਲਾ ਜੀ, ਉਹਨਾਂ ਤੋਂ ਜਾਣਕਾਰੀ। ਡਾਕਟਰ ਸਾਹਿਬ ਜਿਹੜੇ ਅੱਜ ਇੱਥੇ 5 ਕਿਹਾ ਸੀ ਨਾ ਵੀ 5 ਦੇ ਫ੍ਰੀ ਜਵਾੜੇ ਲਾਵਾਂ, ਪਰ ਕਹਿੰਦੇ ਤੁਸੀਂ ਤੁਹਾਡੇ ਪਹਿਲਾਂ 6 ਲਾਏ ਗਏ ਨਾ, ਅਤੇ ਕੀ ਕਹਿਣਾ ਚਾਹੋਗੇ ਉਹਨੂੰ ਲੈ ਕੇ ਪਹਿਲਾਂ ਦੱਸੋ? ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਜਿਹੜਾ ਕੈਂਪ ਸੀਗਾ ਜੀ, ਉਹ ਮਾਤਾ ਗੁਜਰ ਕੌਰ ਜੀ ਅਤੇ 4 ਸਾਹਿਬਜ਼ਾਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀਗਾ। ਅਸੀਂ 5 ਲੋੜਵੰਦ ਮਰੀਜ਼ਾਂ ਦੇ ਜਿਹੜੇ ਜਵਾੜੇ ਲਾਉਣ ਦੇ ਕਿਹਾ ਸੀਗਾ, ਸੋ ਮਾਲਕ ਦੀ ਮਿਹਰ ਆ ਜੀ, ਉਹਨਾਂ ਦੀ ਕਿਰਪਾ ਇਹ ਆ ਵੀ ਸਾਡੇ 5 ਤੋਂ 6 ਹੋ ਗਏ ਨੇ। ਆਪਾਂ ਇਹ ਕਮੈਂਟਮੈਂਟ ਕੀਤੀ ਸੀ ਵੀ ਜੇ 5 ਤੋਂ ਉੱਪਰ ਹੋ ਗਏ ਤਾਂ ਅਸੀਂ ਉਹਨਾਂ ਦਾ 50% 'ਤੇ ਕਰਾਂਗੇ, ਪਰ ਮਨ ਨੂੰ ਇੱਦਾਂ ਹੋਇਆ ਕਿ ਨਹੀਂ, ਮਾਤਾ ਜੀ ਜਿਨ੍ਹਾਂ ਨੇ ਬੜੀਆਂ ਬਲੈਸਿੰਗ ਦਿੱਤੀਆਂ ਨੇ ਵੀ ਇਹ ਸਵੇਰੇ 9 ਵਜੇ ਆ ਗਏ ਸੀਗੇ। ਆਲਰੇਡੀ ਲਿਸਟ ਆ ਜਿਹੜੀ ਸਾਡੀ ਉਹ ਕੱਲ੍ਹ 5 ਕੰਪਲੀਟ ਹੋ ਗਈ ਸੀ 5 ਜਣਿਆਂ ਦੀ। ਅਤੇ ਮਾਤਾ ਜੀ ਨੂੰ ਮੈਂ ਕਿਹਾ ਸੀ, ਮੈਂ ਮਾਤਾ ਜੀ ਤੁਸੀਂ ਕੋਈ ਨਾ ਵੇਟ ਕਰ ਲਓ, ਮੈਂ 6ਵਾਂ ਵੀ ਆਪਾਂ ਫ੍ਰੀ ਲਾ ਦਾਂਗੇ। ਸੋ ਗੁਰੂ ਮਹਾਰਾਜ ਇੱਦਾਂ ਹੀ ਖੁਸ਼ ਨੇ, ਉਹਨਾਂ ਨੇ 5 ਦੀ ਬਜਾਏ 6 ਲਵਾਤੇ ਨੇ। ਸਭ ਤੋਂ ਜਿਹੜੇ ਸਾਡੇ ਮਾਛੀਵਾੜਾ ਸਾਹਿਬ ਤੋਂ ਵੀਰ ਜੀ ਪਹੁੰਚੇ ਨੇ, ਇਹਨਾਂ ਨੇ ਵੀ ਪੋਸਟ ਦੇਖੀ ਸੀਗੀ, ਪੋਸਟ ਦੇਖਣ ਤੋਂ ਬਾਅਦ ਇੱਥੇ ਤੱਕ ਪਹੁੰਚੇ ਨੇ। ਹੁਣ ਜਾਣੀ ਕਿ 5 ਸੀ, ਮਹਾਰਾਜ ਚਾਹੁੰਦੇ ਤੁਸੀਂ 6 ਲਓ, ਅਸੀਂ ਹੁਣ 6 ਦੇ ਜਵਾੜੇ ਨੇ ਜਿਹੜੇ ਉਹ ਫ੍ਰੀ ਆਫ ਕੋਸਟ ਲਾ ਰਹੇ ਹਾਂ ਜੀ। ਪਰ ਜਿਵੇਂ ਤੁਸੀਂ 5 ਤੋਂ ਲੈ ਕੇ 6 ਜਵਾੜੇ ਲਾਏ ਨੇ ਜਨਾ, ਪਰ ਜੇਕਰ ਇਹ ਵੀਡੀਓ ਦੇਖ ਕੇ ਕੋਈ ਹੋਰ ਚਾਹਵਨ ਹੁੰਦਾ ਵੀ ਅਸੀਂ ਵੀ ਉਸ ਹੋਸਪਿਟਲ ਵਿੱਚ ਜਾਈਏ, ਤਾਂ ਉਹਨਾਂ ਲਈ ਕੀ ਤੁਸੀਂ ਤੁਹਾਡੇ ਕੋਲੋਂ ਡਿਸਕਾਊਂਟ ਹੋਊਗਾ ਤਾਂ ਜੇ ਆਉਣਾ ਚਾਹੁੰਦੇ ਇਸ ਵੀਡੀਓ ਜ਼ਰੀਏ? ਦੇਖੋ ਜੀ, ਸਭਾ ਸਾਡਾ ਹੋਣਾ ਸੀ, ਇਹ ਕੈਂਪ ਦਾ ਜਿਹੜਾ ਸਮਾਂ ਸੀਗਾ ਅਸੀਂ ਪਹਿਲਾਂ ਰੱਖਿਆ ਹੋਇਆ ਸੀਗਾ ਵੀ 24 ਤਰੀਕ ਦਾ ਆ, ਪਰ ਸਾਡੇ ਹਨੀਵੀਰ ਨੇ ਉਹਨਾਂ ਦੇ ਉਸ ਦਿਨ ਮੁੱਖ ਦੇ ਵਿੱਚੋਂ ਹੋ ਗਿਆ ਸੀਗਾ ਵੀ ਅਸੀਂ ਸਭਾ 31 ਤਰੀਕ ਤੱਕ ਕੈਂਪ ਆ, ਹੁਣ ਅਸੀਂ 31 ਤਰੀਕ ਤੱਕ ਕੈਂਪ ਆ ਸਾਡਾ, ਹੁਣ 31 ਤਰੀਕ ਤੱਕ ਜਿਹੜੇ ਹੁਣ ਜਵਾੜੇ ਸਾਡੇ 5 ਸੀ 6 ਹੋ ਗਏ ਨੇ ਫ੍ਰੀ ਵਾਲੇ, ਤਾਂ ਬਾਕੀ ਜਿਹੜਾ ਹੈਗਾ ਜਵਾੜੇ ਅੱਧੇ ਰੇਟ 'ਤੇ ਚੱਲਣਗੇ ਜੀ। ਹੁਣ ਸਭਾ ਤੱਕ 31 ਦਸੰਬਰ ਤੱਕ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਜਿਹਨੇ ਵੀ ਕਿਸੇ ਨੇ ਵੀ ਬਜ਼ੁਰਗ ਨੇ ਕੱਢਣ ਪਾਉਣ ਵਾਲਾ ਜਵਾੜਾ ਲਗਵਾਉਣਾ ਆ, ਠੀਕ ਆ ਨਾ, ਉਹਦੀ ਕੀਮਤ 10,000 ਰੁਪਏ ਹੁੰਦੀ ਆ, ਉਹ ਅਸੀਂ 50% ਜਾਣੀ ਕਿ 5,000 'ਤੇ ਲਾਵਾਂਗੇ, ਕੋਈ ਪ੍ਰੋਬਲਮ। ਲਓ ਜੀ, ਇਹਨਾਂ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਰਹਿ ਗਏ ਬਜ਼ੁਰਗ ਜਿਹਨਾਂ ਨੂੰ ਹੈਗਾ ਵੀ ਅਸੀਂ ਵੀ ਜਵਾੜੇ ਲਵਾਈਏ, ਉਹਨਾਂ ਨੇ ਹੋਰ ਵੀ ਡਿਸਕਾਊਂਟ ਦੇ ਰਿਹਾ ਵੀ ਜਿੰਨੇ ਵੀ ਖਰਚਾ ਤੋਂ ਉਹ 'ਚੋਂ ਅੱਧਾ ਅੱਧਾ ਅਸੀਂ ਅੱਧੇ ਰੇਟ 'ਤੇ ਲਾਵਾਂਗੇ।
तो असं भी दुआ करते हैं कि परमात्मा इस होस्पिटल में चढ़ते कला बख्शे तो जोड़बंद तक के जो जरूरत पूरी होंगे ढाडा वीडियो देखने बहुत बहुत धन्यवाद। गुरु नानक हैल्थ सेंटर एयर पैल सू इतने मिल रहे सेठी जोड़े बहुत सारिया बुख बुख तरीके का अपने पेज पर वीडियो पाते रहते हैं तो उन्होंने पूछते भाजी अच्छ तुम अच्छे इतने पहुँचे हो कि कहना चाहोगे जी क्योंकि होस्पिटल चलाने बजट की लड़ आती है ठीक है फिर पैसा किमें रजिस्टर बटा किमें सारा कम सिस्टम कम चलूगा पैसा उमो रजिस्टर्ड होंदा भी जिमें अज कई बार एक मोटरसाइकिल फिर होंदा सीगा ते अज इहदे नाल दस डॉक्टर काम करते हैं तो गुरु साहब के सच्चे दिलों असी आप बहुत नीचे उठे हुए हैं तो अज मेरे 15 पेशेंटा रैगूलर इलाज चल रहे हैं असी अपने चैनल पर वीडियो पाने होंगे तो बहुत कुछ करते हैं सारा भरावान के सहयोग न चलता ठीक है जी अज असी 100-200 मुंडा कट्ठा कल जी असी सही होवोंगे यही 500 मुंडे तब्दील हो जूगा जे 500 मुंडा असी 1000-1000 रुपये महीने का कटा तो 5 लाख रुपये हो जू 5 लाख असी दराहा पैल सिर्फ इत्थे ही लाने कभी असी बाहर की वीडियो नहीं पाते क्योंकि सानू ये हुंदा भी अगला जाके केस की जाँच करे असी जल्ले की वीडियो पाती तो अगला जल्ले जाण जोगा हैगा असी दराहे की पाती अगला वीडियो पाउण दा तां सवाद है चार बंदे तां कहण भी हाँ यार सच्ची लोड़वंद सी हुण असी इन्ने बंदियां चों इन्हां नूं चुणिया सानू लग्गिया भी ये नहीं कर सकते तां चुणिया नहीं आपां जद होर जाने प्राइवेट हस्पतालों में तकरीबन 200-500 तो तकरीबन फीस होंदी है पर इस होस्पिटल की 20 रुपये फीस है जी बिल्कुल 20 रुपये की फीस रखना भी अपने आप से बहुत वड्डा चैलेंज है रख के भी कामयाब होना क्योंकि गुरु साहब की ओट आसरा लैके चलने वाला सिंह आ ये हमेशा चढ़ती कला जाऊ अज 2022 एंड ते आ तुसीं आने वाले 2-4 सालों से देखियो भी सिस्टम किवें तब्दील होंदा क्योंकि दिल च फर्क नहीं यही सोचना आपां भी कदे इहचों कढ ले इहदे तों इधरों गेम घुमाती वो कम साडे च है नहीं ना असी कदी करिए ना वाहिगुरु साडे तों करावे सानू उदां ही बहुत कुछ देई जांदा वाहिगुरु क्यों जगी वीरे बहुत कुछ बाकी मेरा वीर दा इन्हां दा पेज है मेरा पिंड मेरा शहर सारे बहुत वधिया वीडियो दिंदे ने इन्हां दा पेज सबसक्राइब करो चैनल नूं यूट्यूब ते जाके शेयर करो इन्हां नाल भी जुड़ो ठीक है जी बहुत बहुत धन्यवाद जी।